ਕਦਰਿਆ ਐਂਡ ਜਦੋਂ ਬੰਦਾ ਇਸ ਹਾਲਾਤਾਂ 'ਚ ਹੁੰਦਾ ਫਿਰ ਉਹਰੇ ਮੇਰੇ ਖਿਆਲ ਨੂੰ ਇਹ ਹੀ ਹੁੰਦਾ ਕਿ ਸਰਵਾਈਵਲ ਦੀ ਗੱਲ ਹੀ ਹੁੰਦੀ ਔਰੇ ਵਾਸਤੇ ਜ਼ਿੰਦਗੀ 'ਚ ਐਂਡ ਜੇ ਸੱਚੀ ਗੱਲ ਦਸੂnga ਤਾਂ ਸ਼ਾਇਦ ਲੋਗ ਉਹਨੂੰ ਕਹਿਣਗੇ ਕਿ ਰਾਜਾ ਵੜेंगे ਬਣਾ ਕੇ ਗੱਲ ਦੱਸ ਰਿਹਾ ਹੂੰ ਛੋਟੇ ਹੁੰਦੇ ਤਾਂ ਮੈਂ ਇਹ ਸੋਚਦਾ ਹੁੰਦਾ ਸੀ ਕਿ ਕਿੱਦਾਂ ਕੰਮ ਕਿੱਦਾਂ ਚੱਲੇਗਾ ਸਿਸਟਮ ਕੀ ਹੋਏਗਾ ਅਸੀਂ ਕਿੱਦਾਂ ਰੋਜੀ ਰੋਟੀ ਚੱਲੇਗੀ ਔਰ ਕਦੇ-ਕਦੇ ਤਾਂ ਇਹ ਸੋਚਦਾ ਸੀ ਕਿ ਮੈਂ ਜੇ ਅਗਰ ਕੋਈ ਹੋਰ ਕੰਮ ਨਾ ਚੱਲਿਆ ਤਾਂ ਕਿਸੇ ਦੇ ਡਰਾਈਵਰ ਮੈਂ ਚੰਗੀ ਗੱਡੀ ਚਲਾ ਲੈਣਾ ਸੋ ਮੈਂ ਉਹਰਾ ਫੇਥਫੁਲ ਡਰਾਈਵਰ ਹੋਵਾਂਗਾ ਸੋ ਮੈਂ ਲੱਕੇ ਠੀਕ ਹੋ ਜਾਊਗਾ ਮੈਂ ਕਾਰ ਚਲਾ ਲਵਾਂ ਮਨ ਲੱਕੇ ਇਦਾਂ ਦੀ ਕਈ ਵਾਰੀ ਮਨ ਦੇ ਵਿੱਚ ਖਿਆਲ ਆਤ ਆਉਂਦੇ ਸੀ ਕਿਉਂਕਿ ਹਾਲਾਤ ਜਿਹੜੇ ਸੀ ਉਹ ਬਹੁਤ ਮਾੜੇ ਸਨ ਬਚਪਨ ਚ ਬਹੁਤ ਸਾਰੀਆਂ ਕਠਿਨਾਈਆਂ ਵੇਖਣ ਦਾ ਸਾਹਮਣਾ ਕਰਨ ਦਾ ਮੌਕਾ ਮਿਲਿਆ ਕੋਈ ਐਕਸਪੀਰੀਅੰਸ ਕਰਕੇ ਇਹੋ ਜਿਹੇ ਖਿਆਲ ਆਉਂਦੇ ਸਨ ਬਹੁਤੇ ਪੋਲਿਟਿਕਸ ਦੇ ਹਾਈ ਕਲਾਸ ਖਿਆਲ ਉਧਰਲੇ ਪਾਸੇ ਆਉਂਦੇ ਹੀ ਨਹੀਂ ਬਿਕੋਜ਼ ਯੂ نو ਬੰਦਾ ਪੂਰਾ ਹੋ ਜਾਂਦਾ ਹੈ ਫਿਰ ਉਹਦੇ ਖਿਆਲ ਗਾਂ ਵੱਧਦੇ ਜਾਂਦੇ ਸੋ ਉਦੋਂ ਤਾਂ ਬੇਸਿਕ ਸਰਵਾਈਵਲ ਦੀ ਲੜਾਈ ਸੀਗੀ ਕਿ ਜ਼ਿੰਦਗੀ ਕਿਵੇਂ ਟਪਾਉਣੀ ਹੈ ਮੈਨੂੰ ਯਾਦ ਹੈ ਕਿ ਅਸੀਂ ਦੋਨੋਂ ਪੈਨਪੜਾ ਰਾਤ ਨੂੰ ਵੀ ਕਈ ਵਾਰੀ 2 3 ਵਜੇ ਉੱਠ ਕੇ ਬੈਠ ਜਾਂਦੇ ਸੀ ਸੋ ਸਾਡੀ ਨਾਨੀ ਫਿਰ ਸਾਨੂੰ ਉਹ ਥਾਪੀਆਂ ਜੀਆਂ ਦੇ ਕੇ ਪਾ ਦਿੰਦੇ ਸੀ ਨਾਨੀ ਜੀ ਵੀ ਮੇਰੇ ਵਿਧਵਾ ਸੀ ਵਿਚਾਰੇ ਜੀ ਸੋ ਬੜਾ ਜੋਰ ਲਾਇਆ ਉਹਨਾਂ ਨੇ ਸਾਡੇ ਤੇ ਬੱਚੇ ਨੂੰ ਆਦੀ ਮਦਰ ਦੀ ਯਾਦ ਆਉਂਦੀ ਹੈ 6 ਸਾਲ ਦੀ ਉਮਰ ਚ ਮਾਂ ਬਾਪ ਦੀ ਸੋ ਮਿਸ ਕਰਦੇ ਸੀ ਫਿਰ ਉਹਨਾਂ ਨੇ ਕਿਹਾ ਨਹੀਂ ਨਹੀਂ ਆ ਜੂਗੀ ਤੇਰੀ ਮਾਂ ਆ ਜੂਗੀ ਤੁਹਾਡੀ ਮਾਂ ਕਿਤੇ ਗਈ ਵੀ ਹੈ बिकॉज ਉਹਨੂੰ ਪਤਾ ਨਹੀਂ ਹੁੰਦਾ ਸੀ ਬੰਦਾ ਕਿੱਥੇ ਜਾਂਦਾ ਸੋ ਇਹ ਹਾਲਾਤ ਸਨ ਇਹਨਾਂ ਹਾਲਾਤਾਂ 'ਚ ਤੁਸੀਂ ਬਹੁਤ ਸਾਰੇ ਵੱਡੇ ਸੁਪਨੇ